ਧੰਨਵਾਦ ਦਾ ਮਤਾ ਲੈ ਕੇ ਡਾਕਟਰ ਦੀਪਕ ਬਲਮੋਹਨ ਸਿੰਘ ਹੋਰੀ ਆ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਔਰ ਧੰਨਵਾਦ ਦਾ ਮਤਾ ਪੇਸ਼ ਕਰਨ। ਦੋਸਤੋ, ਮੈਂ ਥੋੜ੍ਹੀ ਜਿਹੀ ਜਿਹੜੀ ਰੁਟੀਨ ਹੈ ਉਹਨੂੰ ਤੋੜਨ ਲੱਗਾ। ਸਤਿਗੁਰੂ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਾ ਹੋਇਆ ਔਰ ਰਾਣਾ ਜੀ ਦਾ ਵੀ ਸਤਿਕਾਰ ਕਰਦਾ ਹੋਇਆ, ਮੈਂ ਇਹਨਾਂ ਸ਼ਖਸੀਅਤਾਂ ਬਾਰੇ ਜਿਹੜੇ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ ਉਹਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਾਂਗਾ। ਉਹ ਇਸ ਕਰਕੇ ਕਿ ਉਹਨਾਂ ਦੀ ਸ਼ਖਸੀਅਤ ਦਾ ਪਰਛਾਵਾਂ ਇਹਨਾਂ ਦੇ ਵਿਚਾਰਾਂ ਵਿੱਚੋਂ ਪ੍ਰਗਟ ਹੁੰਦਾ। ਸੋ ਕੋਈ ਵੀ ਸ਼ਬਦ ਇਹਨਾਂ ਬਾਰੇ ਕਹਿਣਾ ਬੜਾ ਉਪਰਾ ਉਪਰਾ ਜਿਹਾ ਲੱਗਦਾ ਔਰ ਮੈਨੂੰ ਇਹ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ। ਮੈਂ ਮੇਰਾ ਖਿਆਲ ਹੈ ਸੈਂਕੜੇ ਪੰਜਾਬੀ ਵਿਸ਼ਵ ਕਾਨਫਰੰਸਾਂ ਅਟੈਂਡ ਕੀਤੀਆਂ ਨੇ ਅਤੇ ਇਸ ਕਾਨਫਰੰਸ ਜਿਹੜੀ 6ਵੀਂ ਹੋ ਰਹੀ ਹੈ ਇਹਦੇ ਨਾਲ ਵੀ ਮੁੜ ਤੋਂ ਜੁੜਿਆ ਹੋਇਆ। ਮੈਂ ਨਹੀਂ ਕਹਿੰਦਾ, ਮੇਰੇ ਨਾਲ ਸਤਨਾਮ ਮਾਨਕੁਣੀ ਵੀ ਬੈਠੇ ਸੀ। ਅਸੀਂ ਘੁਸਰ ਮੁਸਰ ਇਹ ਕੀਤੀ ਕਿ ਬਈ ਅੱਜ ਤੱਕ ਇਸ ਤੋਂ ਵਧੀਆ ਉਦਘਾਟਨੀ ਜਿਹੜਾ ਸਮਾਗਮ ਹੈ ਅਸੀਂ ਨਹੀਂ ਦੇਖਿਆ ਕਿਤੇ। ਸੋ ਮੈਂ ਜੇ ਮੈਂ ਵਾਰ ਵਾਰ ਇਹਨਾਂ ਦੀ ਪ੍ਰਸ਼ੰਸਾ ਕਰਾਂ ਇੱਕ ਇੱਕ ਬੰਦੇ ਦੀ, ਉਹ ਵਕਤ ਖਰਾਬ ਕਰੇਗਾ ਕਿਉਂਕਿ ਇਹਨਾਂ ਦੇ ਜਿਹੜੇ ਪੇਸ਼ ਕੀਤੇ ਹੋਏ ਵਿਚਾਰ ਨੇ ਉਹਨਾਂ ਅੱਗੇ ਕੋਈ ਵੀ ਪ੍ਰਸ਼ੰਸਾ ਸਾਰੀ ਉਸ ਦੇ ਮੁਹਤਾਜ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦਾ ਜਿਹੜਾ ਸੰਸਾਰ ਹੈ, ਇਕੱਲਾ ਪੰਜਾਬ ਹੀ ਨਹੀਂ ਸਾਰਾ ਵਿਸ਼ਵ, ਬੜੇ ਸੰਕਟ ਗ੍ਰਸਤ ਦੌਰ ਵਿੱਚੋਂ ਗੁਜ਼ਰ ਰਿਹਾ ਅਤੇ ਇਸ ਸੰਕਟ ਗ੍ਰਸਤ ਦੌਰ ਵਿੱਚੋਂ ਨਿਕਲਣ ਲਈ ਇਸ ਤਰ੍ਹਾਂ ਜੁੜ ਕੇ ਬੈਠਣਾ ਬਹੁਤ ਜ਼ਰੂਰੀ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਮੁਖਾਤਬ ਹਾਂ ਇਸ ਗੱਲ ਬਾਰੇ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੋ ਅਤੇ ਇਹ ਗੱਲ ਮਹਿਸੂਸ ਕਰ ਰਹੇ ਹੋ ਕਿ ਹਾਂ ਬੈਠ ਕੇ ਸੰਵਾਦ ਰਚਾਈਏ ਕਿ ਇਸ ਚਿੰਤਾਜਨਕ ਦੌਰ ਦਾ ਬਾਰੇ ਚਿੰਤਨ ਕਰੀਏ। ਇਹ ਇਹੋ ਜਿਹੀਆਂ ਕਾਨਫਰੰਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਜਿਹੜੀਆਂ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋਇਆ, ਪਹਿਲੀ ਜਿਹੜੀ ਥੋੜ੍ਹਾ ਜਿਹਾ ਇਤਿਹਾਸ, ਕਿਉਂਕਿ ਉਹਨਾਂ ਨੇ ਸਵਾਗਤ ਕਰਨਾ ਸੀ ਹੰਸਪਾਲ ਜੀ ਨੇ, 1980 ਵਿੱਚ ਜਿਹੜੀ ਪਹਿਲੀ ਕਾਨਫਰੰਸ ਦਾ ਸਿਲਸਿਲਾ ਸ਼ੁਰੂ ਹੋਇਆ ਇਹ ਲੰਡਨ ਵਿੱਚ ਹੋਈ। ਤੁਸੀਂ ਹੈਰਾਨ ਹੋਵੋਗੇ, ਉਹ ਕਾਨਫਰੰਸ ਘੱਟ ਤੋਂ ਘੱਟ 20 ਦਿਨ ਚੱਲੀ ਔਰ ਉਹਦਾ ਜਿਹੜਾ ਸੰਯੋਜਕ ਸੀ, ਔਰਗਨਾਈਜ਼ਰ ਸੀ ਰਣਜੀਤ ਧੀਰ ਔਰ ਉੱਥੋਂ ਦੀ ਜਿਹੜੀ ਗੁਰਦੁਆਰਿਆਂ ਦੀ ਸੰਸਥਾ ਬਣੀ ਹੋਈ ਸੀ ਸਾਂਝੀ, ਉਹਨਾਂ ਦੇ ਸਹਿਯੋਗ ਨਾਲ ਉਹ ਕਾਨਫਰੰਸ 20 ਦਿਨ ਚੱਲਦੀ ਰਹੀ। ਉਸ ਤੋਂ ਬਾਅਦ ਬਹੁਤ ਬੰਦੇ ਇੱਥੇ ਬੈਠੇ ਨੇ ਜਿਹੜੇ ਉਸ ਕਾਨਫਰੰਸ ਦੇ ਵਿੱਚ ਸ਼ਾਮਿਲ ਸਨ। ਉਸ ਤੋਂ ਬਾਅਦ 81 ਵਿੱਚ ਇਹ ਕਾਨਫਰੰਸ ਨਹੀਂ ਹੋਈ। 1982 ਵਿੱਚ ਆਟਵਾ ਵਿੱਚ ਮਿਸਟਰ ਸਟੀਫਨ ਗਿੱਲ ਹੁੰਦੇ ਸਨ, ਉਹਨਾਂ ਨੇ 45 ਕੁ ਬੰਦੇ ਪੰਜਾਬ ਤੋਂ ਬੁਲਾਏ, ਮੈਂ ਉਹਨਾਂ ਵਿੱਚ ਸਾਰਿਆਂ ਸ਼ਾਮਿਲ ਸੀ ਔਰ ਡਾਕਟਰ ਗੁਰਦਿਆਲ ਸਿੰਘ ਢਿੱਲੋਂ ਜਿਹੜੇ ਸਾਡੇ ਲੋਕ ਸਪੀਕਰ ਸਨ ਉੱਥੇ ਹਾਈ ਕਮਿਸ਼ਨਰ ਸਨ, ਇਹਨਾਂ ਸਾਰਿਆਂ ਦਾ ਸਹਿਯੋਗ ਲੈ ਕੇ ਉਹ ਜਿਹੜੇ ਬੰਦਿਆਂ ਨੇ ਉੱਥੇ ਅਹਿਦ ਕੀਤਾ ਕਿ ਇਹ ਕਾਨਫਰੰਸਾਂ ਚੱਲਣੀਆਂ ਚਾਹੀਦੀਆਂ ਨੇ, ਉਹਨਾਂ ਵਿੱਚੋਂ ਜਿਹੜੇ ਵਿਚਾਰਯੋਗ ਔਰ ਜਿਨ੍ਹਾਂ ਦਾ ਨਾਂ ਲੈਣਾ ਮੈਂ ਬਹੁਤ ਜ਼ਰੂਰੀ ਸਮਝਦਾ, ਉਹਨਾਂ ਵਿੱਚੋਂ ਡਾਕਟਰ ਮਹੀਪ ਸਿੰਘ, ਡਾਕਟਰ ਗੁਰਚਰਨ ਸਿੰਘ ਤਾਲਬ ਸਾਹਿਬ ਦੇ ਛੋਟੇ ਭਰਾ ਰਜਿਸਟਰਾਰ ਵੀ ਰਹੇ ਪੰਜਾਬੀ ਯੂਨੀਵਰਸਿਟੀ ਦੇ, ਹਰਭਜਨ ਸਿੰਘ ਰਤਨ, ਗੁਰਮੁਖ ਸਿੰਘ ਜੀਤ, ਸੁਰਿੰਦਰ ਸਿੰਘ ਉੱਪਲ ਜਿਹੜੇ ਤੁਹਾਡੇ ਪੰਜਾਬੀ ਸਾਹਿਤ ਦੇ ਥੰਮ ਨੇ,
ਹੁਣ ਉਹਨਾਂ ਵਿੱਚੋਂ ਬਹੁਤੇ ਤਾਂ ਸੰਸਾਰ ਵਿੱਚ ਰਹੇ ਵੀ ਨਹੀਂ ਵਿਚਾਰੇ। ਉਸ ਤੋਂ ਬਾਅਦ ਉਹਨਾਂ ਸੋਚਿਆ ਕਿ ਕਾਨਫਰੰਸ ਕਰਵਾਈ ਕਿੱਥੇ ਜਾਵੇ, ਇਹਦੇ ਬਾਰੇ ਕੌਣ ਹੁੰਗਾਰਾ ਭਰੇਗਾ, ਕੌਣ ਐਡਾ ਵੱਡਾ ਜਿਹੜਾ ਆਰਥਿਕ ਜਿਹੜਾ ਬੋਝ ਹੈ ਕੌਣ ਟਾਲਰੇਟ ਕਰੇਗਾ, ਕੌਣ ਇਸ ਸਾਰਾ ਸਹਿਣ ਕਰੇਗਾ। ਤਾਂ ਸਾਰੇ ਮਿਲ ਕੇ ਨਾਮਧਾਰੀ ਦਰਬਾਰ ਵਿੱਚ ਗਏ। ਜਿਸ ਢੰਗ ਨਾਲ ਉਹਨਾਂ ਨੇ ਜੀਆਂ ਆਖਿਆ ਇਸ ਪ੍ਰਪੋਜ਼ਲ ਨੂੰ, ਉਹ ਕਮਾਲ ਦੀ ਗੱਲ ਸੀ। ਤੁਸੀਂ ਹੈਰਾਨ ਹੋਵੋਗੇ ਕਿ ਉਸ ਕਾਨਫਰੰਸ ਵਿੱਚ ਜਿਹੜੀ 83 ਦੇ ਵਿੱਚ ਹੋਈ ਬੈਂਕਾਕ 'ਚ, ਘੱਟ ਤੋਂ ਘੱਟ 300 ਬੰਦਾ ਉਹਦੇ ਵਿੱਚ ਗਿਆ। ਤੁਸੀਂ ਕਿਸੇ ਦਾ ਵੀ ਨਾਂ ਲੈ ਦਿਓ, ਕਿਸੇ ਵਾਈਸ ਚਾਂਸਲਰ ਦਾ ਨਾਂ ਲੈ ਦਿਓ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਦੋਂ ਡਾਕਟਰ ਆਰ ਸੀ ਪਾਲ ਸਨ, ਉਹ ਗਏ। ਐਗਰੀਕਲਚਰ ਯੂਨੀਵਰਸਿਟੀ ਤੋਂ MS ਰੰਧਾਵਾ ਗਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ JS ਗਰੇਵਾਲ ਗਏ। ਤੁਸੀਂ ਕਿਸੇ ਦਾ ਕਾਮਰੇਡ ਜਗਜੀਤ ਸਿੰਘ ਅਨੰਦ, ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਹੀਂ, ਕੋਈ ਵੀ ਐਸਾ ਜਿਹੜਾ ਅਖਬਾਰ ਆ ਉਹਦਾ ਐਡੀਟਰ, ਹਰੇਕ ਅਖਬਾਰ ਦਾ ਐਡੀਟਰ ਉੱਥੇ ਗਿਆ। ਔਰ ਮੈਨੂੰ ਇੰਨਾ ਵੀ ਪਤਾ ਕਿ ਉਹਨਾਂ 300 ਬੰਦਿਆਂ ਵਿੱਚੋਂ ਘੱਟ ਤੋਂ ਘੱਟ 250 ਬੰਦਿਆਂ ਨੇ ਪਹਿਲੀ ਵਾਰ ਜਹਾਜ਼ ਚੜ੍ਹ ਕੇ ਦੇਖਿਆ ਸੀ, ਔਰ ਘੱਟ ਤੋਂ ਘੱਟ ਉਹਨਾਂ 300 ਬੰਦਿਆਂ 'ਚੋਂ ਮੇਰਾ ਖਿਆਲ ਹੈ ਵੀ 125-300 ਬੰਦਿਆਂ ਨੇ ਪਹਿਲੀ ਵਾਰ 5-star ਹੋਟਲ ਦੇਖਿਆ ਸੀ। ਇੱਕ ਬੜੀ ਹੱਸਣ ਵਾਲੀ ਗੱਲ ਹੈ, ਸਾਡੇ 'ਚੋਂ ਇੱਕ ਬੜਾ ਬੰਦਾ, ਉਹ ਜਦੋਂ ਉਹਨੇ 5-star ਦੇ ਬਿਸਤਰੇ ਦੇਖੇ ਨਾ ਉੱਥੇ, ਉਹ ਵੀ ਨਾਮਧਾਰੀਆਂ ਦਾ ਸੀ ਹੋਟਲ ਜਿਹੜਾ, ਅਤੇ ਉਹ ਕਹਿੰਦਾ ਯਾਰ ਮੈਂ ਤਾਂ ਨਹੀਂ ਇੱਥੇ ਇਸ ਬਿਸਤਰੇ ਸੌਂ ਸਕਦਾ, ਇਹ ਤਾਂ ਹੋਰ ਹੀ ਬਹੁਤ ਹੀ ਮਖਮਲੀ ਹੈ, ਕਹਿੰਦਾ ਮੈਂ ਤਾਂ ਭੁੰਜੀ ਸੌਂ ਜੂ, ਕਹਿੰਦਾ ਮੈਨੂੰ ਨਹੀਂ ਇੱਥੇ ਨੀਂਦ ਆਉਣੀ। ਔਰ ਜਿਹੜੀ ਇਹਨਾਂ ਦੀ ਪ੍ਰਾਹੁਣਚਾਰੀ ਸੀ ਨਾ ਇਹਨਾਂ ਬੰਦਿਆਂ ਦੀ ਨਾਮਧਾਰੀ ਦਰਬਾਰ ਦੀ, ਮੈਂ ਉਹ ਬਿਆਨ ਨਹੀਂ ਕਰ ਸਕਦਾ। ਉਸ ਤੋਂ ਬਾਅਦ ਫਿਰ ਇਹ ਪ੍ਰਥਾ ਚੱਲ ਪਈ, ਸਾਰੇ ਜਿਹੜੇ ਸਾਹਿਤਕਾਰ ਸੀ ਇਸ ਸੰਸਾਰ ਦੇ ਨਾਲ ਜੁੜ ਗਏ। ਔਰ ਮੈਂ ਇਹ ਮੈਨੂੰ ਸਾਰਾ ਕੁਛ ਯਾਦ ਇਸ ਕਰਕੇ ਹੈ ਵੀ ਜਿਹੜਾ ਜਿਸ ਕਿਸਮ ਦਾ ਅੱਜ ਭਰਮਾ ਇਕੱਠ ਹੋਇਆ, ਇਹ ਵੀ ਨਾਮਧਾਰੀ ਦਰਬਾਰ ਕਰਕੇ ਹੋਇਆ। ਉਸ ਤੋਂ ਬਾਅਦ ਫਿਰ ਜਿਹੜਾ ਚੌਥੀ ਜਿਹੜੀ ਕਾਨਫਰੰਸ ਹੋਈ, ਉਹ ਹੋਈ ਦਿੱਲੀ ਦੇ ਵਿੱਚ। ਔਰ ਦਿੱਲੀ ਦੇ ਵਿੱਚ ਜਿਹੜੀ ਉਹ ਵੀ ਆਪਣੇ ਆਪ ਵਿੱਚ ਬਹੁਤ ਕਮਾਲ ਦੀ ਕਾਨਫਰੰਸ ਸੀ। ਮੈਂ ਹੁਣ ਜ਼ਿਆਦਾ, ਕਿਉਂਕਿ ਟਾਈਮ ਇੰਨਾ ਹੈ ਨਹੀਂ, ਮੇਰੇ ਜਿਹੜਾ ਜ਼ਿੰਮੇ ਬੜਾ ਖੁਸ਼ਗਵਾਰ ਲੱਗਾ ਕੰਮ ਕਿ ਮੈਂ ਸਭ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ। ਵੈਸੇ ਤੁਸੀਂ ਧੰਨਵਾਦ ਆਪਣਾ ਆਪ ਹੀ ਸਮਝੋ ਕਿ ਤੁਸੀਂ ਇੰਨਾ ਵਧੀਆ ਉਦਘਾਟਨੀ ਸਮਾਗਮ ਦੇ ਵਿੱਚ ਬੈਠੇ ਹੋ। ਉਸ ਤੋਂ ਬਾਅਦ ਸਾਨੂੰ ਇੱਕ ਬੰਦਾ ਲੱਭ ਪਿਆ, ਕਹਿੰਦੇ ਜੀ ਵੀ ਬੜਾ ਰਿਚ ਬੰਦਾ, ਬੜਾ ਪੈਸਾ ਉਹਦੇ ਕੋਲ, ਉਹਦੇ ਕੋਲ ਗਏ ਉਹਨੇ। ਮੈਂ ਇਹਨਾਂ ਸਾਰੀਆਂ ਕਾਨਫਰੰਸਾਂ ਦੀ ਸੁਣੀ ਹੋਈ ਸੀ, ਦਰਸ਼ਨ ਧਾਲੀਵਾਲ ਰੱਖੜਾ ਪਰਿਵਾਰ, ਉਹਦੇ ਕੋਲ ਕਹਿੰਦਾ ਜੀ ਮੈਂ ਤਿਆਰ ਹਾਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਜਿਹੜੀ ਕਾਨਫਰੰਸ ਸੀ ਉਹ ਮਿਲਵਾਕੀ ਹੋਈ ਅਮਰੀਕਾ ਦੇ ਵਿੱਚ, ਉੱਥੇ ਵੀ ਘੱਟ ਤੋਂ ਘੱਟ 300 ਬੰਦਾ ਗਿਆ। ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਪ੍ਰਾਹੁਣਚਾਰੀ ਸੀ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ। ਸੋ ਦੋਸਤੋ, ਮੈਂ ਜ਼ਿਆਦਾ ਡਿਟੇਲ ਵਿੱਚ ਨਾ ਜਾਂਦਾ ਹੋਇਆ, ਸਿਰਫ ਇਹਨਾਂ ਬੰਦਿਆਂ ਦੇ ਨੇ ਜਿਨ੍ਹਾਂ ਨੇ ਕਾਨਫਰੰਸ ਕਰਾਈ ਅਤੇ ਇਸ ਪ੍ਰਥਾ ਚੱਲ ਰਹੀ ਹੈ, ਉਹਨਾਂ ਸਾਰਿਆਂ ਦਾ ਧੰਨਵਾਦ ਤੁਹਾਡੇ ਰਾਹੀਂ ਕਰਵਾਉਣਾ ਚਾਹੁੰਦਾ ਕਿ ਇਹ ਜਿਹੜੀ ਪ੍ਰਥਾ ਚੱਲ ਰਹੀ ਹੈ। ਔਰ ਬੜੀਆਂ ਕਾਨਫਰੰਸਾਂ ਉਸ ਤੋਂ ਬਾਅਦ ਹੋਈਆਂ, ਇਹਨਾਂ ਕਾਨਫਰੰਸਾਂ ਦੀ ਨਕਲ ਕਰਕੇ ਬਹੁਤ ਕਾਨਫਰੰਸਾਂ ਹੋਈਆਂ। ਅਸੀਂ ਉਹਨਾਂ ਸਾਰੀਆਂ ਕਾਨਫਰੰਸਾਂ ਨੂੰ ਜੀਆਂ ਆਖਦੇ ਹਾਂ, ਜਿੱਥੇ ਵੀ ਕਿਤੇ ਸੰਵਾਦ ਰਚਾਇਆ ਜਾਂਦਾ, ਕਿਉਂਕਿ ਜਿਹੜਾ ਸੰਵਾਦ ਸੀ ਨਾ, ਜਿਸ ਤਰ੍ਹਾਂ ਰਾਣਾ KP ਸਿੰਘ ਹੋਣਾ ਨੇ ਕਿਹਾ, ਇਹ ਸੰਵਾਦ ਵੀ ਬਾਬੇ ਨੇ ਸ਼ੁਰੂ ਕੀਤਾ ਸੀ। ਜਬ ਲੱਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਇਹਨਾਂ ਨੇ ਜ਼ਿਕਰ ਕੀਤਾ। ਔਰ ਜਿੱਥੇ ਕਿਤੇ ਵੀ ਉਹ ਗਏ, ਗੋਸ਼ਟਾਂ ਕੀਤੀਆਂ, ਔਰ ਹਰਿਦੁਆਰ ਗਏ, ਮੱਕੇ ਗਏ, ਉੱਥੇ ਸੰਵਾਦ ਹੀ ਰਚਾਇਆ। ਪੰਜਾਬੀ ਦਾ ਇੱਕ ਕਸੂਤਾ ਜਿਹਾ ਲੱਗਦਾ, ਮੈਂ ਕਹਿਣਾ ਨਹੀਂ ਚਾਹੁੰਦਾ ਇੱਥੇ। ਔਰ ਲੋਕਾਂ ਨੂੰ ਸਮਝਾ ਕੇ ਨਾ, ਉਹਨਾਂ ਨੂੰ ਗੱਲ ਕਰਕੇ ਫਿਰ ਉਹਨਾਂ ਦੇ ਪੱਲੇ ਪਾਇਆ। ਸੋ ਇਸ ਮੁੜ ਕੇ ਇੱਕਦਮ ਮੈਂ ਇਸ ਕਾਨਫਰੰਸ 'ਤੇ ਆਉਣਾ, ਮੈਨੂੰ ਨਹੀਂ ਸੀ ਪਤਾ ਵੀ ਪ੍ਰੋਫੈਸਰ ਅਰੁਣ ਗਰੋਵਰ ਇੰਨੀ ਸੋਹਣੀ ਸਾਇੰਸ ਦਾ ਵਿਦਿਆਰਥੀ ਹੈ, ਵੀ ਇੰਨੀ ਸੋਹਣੀ ਪੰਜਾਬੀ ਬੋਲ ਲੈਂਦਾ, ਮੈਨੂੰ ਨਹੀਂ ਸੀ ਉਹਦਾ ਪਹਿਲੀ ਵਾਰ ਪਤਾ ਲੱਗਿਆ। ਔਰ ਆਪਣੇ ਵਿਚਾਰਾਂ ਨੂੰ ਇੰਨੇ ਸਪਸ਼ਟਤਾ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ, ਇਹ ਬੜੀ ਖੂਬਸੂਰਤੀ ਹੈ। ਔਰ ਮੈਂ ਜੇ ਪੰਜਾਬੀ ਕਵਿਤਾ ਵਿੱਚੋਂ ਕਿਸੇ ਸ਼ਾਇਰ ਦਾ ਕਾਇਲ ਹਾਂ, ਫੈਨ ਜਿਹਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਹੋ, ਫੈਨ ਪੰਜਾਬੀ 'ਚ ਕਹਿੰਦੇ ਹੋ ਤੁਸੀਂ,
ਉਹ ਸੁਰਜੀਤ ਪਾਤਰ ਦੀ ਕਵਿਤਾ ਦਾ, ਔਰ ਜਿਸ ਕਿਸਮ ਦੀ ਉਹ ਵਾਰਤਕ ਨੂੰ ਕਾਮਯੀ ਬਣਾ ਕੇ ਪੇਸ਼ ਕਰਦਾ, ਉਹਦਾ ਸਬੂਤ ਉਹ ਵੀ ਅੱਜ ਕਵਿਤਾ ਹੀ ਬੋਲ ਕੇ ਗਏ ਇੱਥੇ। ਸੋ ਮੈਂ ਵਾਕਈ ਉਹਦਾ ਬਹੁਤ ਧੰਨਵਾਦ ਕਰਦਾ। ਇੱਥੋਂ ਦੇ ਇਸ ਯੂਨੀਵਰਸਿਟੀ ਦਾ, ਮੈਂ ਇਸ ਯੂਨੀਵਰਸਿਟੀ ਨਾਲ ਅੱਧੀ ਸਦੀ ਜੁੜੇ ਰਿਹਾ, 50 ਸਾਲ ਵਿਦਿਆਰਥੀ ਦੇ ਤੌਰ 'ਤੇ ਵੀ, ਅਧਿਆਪਕ ਦੇ ਤੌਰ 'ਤੇ ਵੀ, ਔਰ ਜਿਹੜੀ ਇੱਥੋਂ ਦੇ ਵਿਦਿਆਰਥੀਆਂ ਵਿੱਚ, ਸਕੋਲਰਾਂ ਵਿੱਚ ਸ਼ਕਤੀ ਹੈ ਕੰਮ ਕਰਨ ਦੀ, ਔਰਗਨਾਈਜ਼ ਕਰਨ ਦੀ, ਉਹ ਅਜੇ ਵੀ ਚਾਲੂ ਹੈ। ਔਰ ਮੈਨੂੰ ਦੇਖ ਕੇ ਖੁਸ਼ੀ ਹੋਈ ਕਿ ਜਿਹੜਾ ਕੁਛ ਵਿਦਿਆਰਥੀਆਂ ਦਾ, ਮੈਂ ਉਹਨਾਂ ਦਾ ਨਾਮ ਲੈਣਾ ਜਾਇਜ਼ ਹੀ ਸਮਝਾਂਗਾ, ਪਰ ਸਭ ਤੋਂ ਪਹਿਲਾਂ ਮੈਂ ਜਿਹੜਾ ਕਲਾ ਪ੍ਰੀਸ਼ਦ ਹੈ, ਇਸੇ ਕਾਨਫਰੰਸ ਨੇ ਜਿਹਦਾ ਮੈਂ ਵੀ ਮੈਂਬਰ ਹਾਂ, ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੈ, ਅਸੀਂ ਜਿਹੜਾ ਸਹਾਰਾ ਲਿਆ ਕਿ ਸਰਕਾਰੀ ਸੰਸਥਾ, ਔਰ ਇਹਨਾਂ ਰਾਹੀਂ ਇਹਨਾਂ ਤੋਂ ਵੀ ਮਦਦ ਮਿਲ ਸਕਦੀ ਹੈ, ਅਤੇ ਸਾਡਾ ਜਿਹੜਾ ਸੁਨੇਹਾ ਜਿਹੜਾ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ, ਇਹਨਾਂ ਰਾਹੀਂ ਜਾ ਸਕਦਾ। ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਸੁਰਜੀਤ ਪਾਤਰ, ਮੈਂ ਨਾ ਇਹ ਸਰਕਾਰ ਨੂੰ ਇੱਕ ਵਧਾਈ ਇਸ ਕਰਕੇ ਦੇਣਾ ਚਾਹੁੰਦਾ, ਅਕਾਦਮਿਕ ਖੇਤਰ ਵਿੱਚ ਜਿਹੜੀਆਂ ਇਹਨਾਂ ਨੇ ਨਿਯੁਕਤੀਆਂ ਕੀਤੀਆਂ ਨੇ, ਕੁਛ ਤਿੰਨ ਜਿਹੜੇ ਇਹਨਾਂ ਨੇ ਵਾਈਸ ਚਾਂਸਲਰ ਦਿੱਤੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਤੀਜਾ ਕਿਹੜਾ, ਇਹ ਤਾਂ ਸਾਡੇ ਪੰਜਾਬ ਦੇ ਨਹੀਂ ਹੈਗੇ, ਹਾਂ ਟੈਕਨੀਕਲ ਯੂਨੀਵਰਸਿਟੀ, ਔਰ ਇੱਕ ਨਿਯੁਕਤੀ ਜਿਹੜੀ ਸੁਰਜੀਤ ਪਾਤਰ ਦੀ ਇਹਨਾਂ ਨੇ ਕੀਤੀ ਹੈ, ਇਹਦੇ ਸਾਰੇ ਇਹਨਾਂ ਨੂੰ ਅਸੀਂ ਵਧਾਈਆਂ ਦਿੰਦੇ। ਅਤੇ ਇੱਥੋਂ ਦਾ ਜਿਹੜਾ ਪੰਜਾਬੀ ਡਿਪਾਰਟਮੈਂਟ ਹੈ, ਜਿਸ ਢੰਗ ਨਾਲ ਉਹਦਾ ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਹੈ ਅਤੇ ਉਹਦੀ ਸਾਰੀ ਟੀਮ, ਆ ਪਿਛਲੇ 7-8 ਦਿਨ ਤੋਂ ਅਸੀਂ ਇੱਥੇ ਕੈਂਪ ਲਾਇਆ ਹੋਇਆ, ਜਿਸ ਢੰਗ ਨਾਲ ਉਹਨਾਂ ਨੇ ਕੰਮ ਕੀਤਾ, ਉਹ ਵੀ ਯੋਗਰਾਜ ਐਂਗਰਸ, ਅੱਜ ਦੇਖਿਆ ਤੁਸੀਂ ਟਟੀਰੀ ਵਾਂਗੂ ਭੱਜਿਆ ਫਿਰਦਾ ਸੀ ਹੁਣ ਵੀ, ਅਤੇ ਜਦੋਂ ਵੀ ਸਾਨੂੰ ਕੋਈ ਦਫ਼ਤਰੀ ਕੰਮ ਪੈਂਦਾ ਸੀ ਉੱਥੋਂ ਕੰਮ ਲੈਣਾ ਹੁੰਦਾ ਸੀ, ਪੰਜਾਬ ਯੂਨੀਵਰਸਿਟੀ ਜਿਹੜਾ ਸਾਡੇ ਵੇਲੇ ਈਵਨਿੰਗ ਕਾਲਜ ਹੁੰਦਾ ਸੀ ਅਤੇ ਹੁਣ ਉਹ ਈਵਨਿੰਗ ਸਟੱਡੀਜ਼ ਬਣ ਗਿਆ, ਉਹਦਾ ਦਫ਼ਤਰ ਖੁੱਲ੍ਹਾ ਰਹਿੰਦਾ ਸੀ ਹਮੇਸ਼ਾ ਗੁਰਪਾਲ ਸਿੰਘ ਸੰਧੂ ਦਾ, ਉੱਥੋਂ ਅਸੀਂ ਦਫ਼ਤਰੀ ਕੰਮ ਲੈਂਦੇ ਸੀ। ਇੱਥੋਂ ਦੇ ਜਿਹੜੇ ਵਾਰਡਨ ਨੇ, ਵਿਸ਼ੇਸ਼ ਤੌਰ 'ਤੇ ਪ੍ਰਵੀਨ ਕੁਮਾਰ, ਉਹ ਵਿਚਾਰਾ 7 ਦਿਨ ਹੋਏ ਮੈਂ ਸੁੱਤੇ ਨਹੀਂ ਦੇਖਿਆ, ਸਾਰਾ ਦਿਨ ਜਾਗਦੇ ਰਿਹਾ, ਬਲਵਿੰਦਰ ਸਿੰਘ, ਜਤਿੰਦਰ ਗਰੋਵਰ, ਅਤੇ ਪ੍ਰਵੀਨ ਦਾ ਹੋ ਗਿਆ, ਇਕਬਾਲ ਸਿੰਘ ਸੰਧੂ ਜਿਹਨੇ ਮੇਰਾ ਖਿਆਲ ਹੈ ਵੀ ਸਾਨੂੰ ਬੜੀ ਮਦਦ ਕੀਤੀ ਕਮਰੇ ਬੁੱਕ ਕਰਾਉਣ ਵਾਸਤੇ, ਉਹ ਸਾਰਾ ਜਿਹੜਾ ਸਿਹਰਾ ਦਾ ਜਾਂਦਾ ਪੰਜਾਬ ਯੂਨੀਵਰਸਿਟੀ ਨੂੰ, ਪਰ ਪਿੱਛੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦਾ ਨਾਂ ਜ਼ਰੂਰ ਲੈਣਾ ਪੈਂਦਾ। ਮੇਰੇ ਕੋਲ ਬੜੇ ਨਾਂ ਨੇ, ਮੈਂ ਜਿਹੜੇ ਸਾਰੇ ਨੋਟ ਕਰਕੇ ਰੱਖੇ ਹੋਏ ਨੇ, ਕਿਉਂਕਿ ਕੰਮ ਹੋਰਾਂ ਨੇ ਵੀ ਬਹੁਤ ਕੀਤਾ, ਮੈਂ ਡਰਦਾ ਮਾਰਿਆ ਉਹਨਾਂ ਦੇ ਨਾਂ ਇਸ ਕਰਕੇ ਨਹੀਂ ਰਹੇ, ਬਾਅਦ 'ਚ ਮੇਰੇ ਮਗਰ ਨੇ ਪਹਿਲੇ ਮੇਰਾ ਨਾਂ ਕਿਉਂ ਨਹੀਂ ਲਿਆ। ਸੋ ਇਸ ਕਰਕੇ ਦੋਸਤੋ, ਹੈ ਜੀ, ਆ ਬਾਅਦ ਛਾਪ ਜਾਂਗੇ, ਸਾਰਿਆਂ ਦੇ ਨਾਂ ਛਾਪ ਜਾਂਗੇ। ਅੱਛਾ, ਇਸ ਤੋਂ ਬਿਨਾਂ ਜਿਹੜੇ ਬਾਹਰੋਂ ਬੰਦੇ ਆਏ ਨੇ ਨਾ, ਉਹਨਾਂ ਵਿੱਚੋਂ ਕੁਛ ਕਾਲਜ ਲੁਧਿਆਣੇ ਕਾਲਜਾਂ ਨੇ 3 ਬੱਸਾਂ ਭੇਜੀਆਂ ਨੇ, ਇਹ ਗੁਰੂ ਨਾਨਕ ਖਾਲਸਾ ਗੁਰੂ ਨਾਨਕ ਗਰਲਜ਼ ਕਾਲਜ, ਜਿਸ ਦੀ ਪ੍ਰਿੰਸੀਪਲ ਚਰਨਜੀਤ ਕੌਰ ਮਾਲ ਹੈ, ਇਹ ਖਾਲਸਾ ਕਾਲਜ ਫੋਰ ਵਿਮਨ ਸਿਵਲ ਲਾਈਨ ਲੁਧਿਆਣਾ, ਮੁਕਤੀ ਗਿੱਲ ਉਹਦੀ ਵਾਈਸ ਚਾਂਸਲਰ, ਇਹ ਤੁਹਾਡੇ ਸਾਰੇ ਪ੍ਰਿੰਸੀਪਲ ਨੇ ਵਾਈਸ ਚਾਂਸਲਰ, ਅਤੇ ਨਾਰੰਗਵਾਲ ਤੋਂ ਮੇਰਾ ਖਿਆਲ 60 ਬੰਦੇ ਇੱਕ ਕਾਲਜ ਦੇ, ਗੋਬਿੰਦ ਨੈਸ਼ਨਲ ਕਾਲਜ ਜਿਹਦਾ ਪ੍ਰਿੰਸੀਪਲ ਉਹ ਵੀ ਇਹਨਾਂ ਦਾ ਹੀ ਹੈ, ਡਾਕਟਰ ਹਰਦਲਜੀਤ ਸਿੰਘ ਗੋਸਲ, ਲੋਕਲ ਕਾਲਜਾਂ 'ਚੋਂ ਗੁਰੂ ਗੋਬਿੰਦ ਸਿੰਘ ਕਾਲਜ 'ਚੋਂ ਕਰਨਲ ਬਾਲਾ, ਉੱਥੋਂ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਸੈਕਟਰੀ ਨੇ, ਇਸੇ ਯੂਨੀਵਰਸਿਟੀ ਦੇ ਸਟੂਡੈਂਟ ਨੇ, ਉਹਨਾਂ ਨੇ ਆਪਣੇ ਵਿਦਿਆਰਥੀ ਭੇਜੇ, DAV ਕਾਲਜ ਡਾਕਟਰ BC ਜੋਸ਼ਨ ਉਹਨਾਂ ਨੇ ਭੇਜੇ। ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਰਾ ਸਿਹਰਾ ਪੰਜਾਬ ਯੂਨੀਵਰਸਿਟੀ ਨੂੰ ਜਾਂਦਾ, ਅਤੇ ਬੈਠੇ ਸਾਡੇ ਵਿੱਚ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ BS ਕੋਬਲ ਸਾਡੇ ਵਿਚਕਾਰ ਬੈਠੇ ਨੇ, ਕਿਉਂਕਿ ਉਹਨਾਂ ਨੂੰ ਅਸੀਂ ਇਸ ਕਰਕੇ ਜ਼ਹਿਮਤ ਨਹੀਂ ਇਸ ਵਾਸਤੇ ਦੇ ਰਹੇ, ਕਿਉਂਕਿ ਅਗਲੀ ਵਾਰ ਜਿਹੜਾ ਨਵਾਂ ਹੁਣ ਸੈਸ਼ਨ ਸ਼ੁਰੂ ਹੋਣਾ, ਉੱਥੇ ਉਹਨਾਂ ਦੀ ਲੋਕ ਜਿਹੜੇ ਬੰਦੇ ਛਿੱਲ ਲਾਉਣਗੇ ਤਾਂ ਮੈਂ ਨਹੀਂ ਕਹਿਣਗੇ ਵੀ ਵਿਚਾਰ ਵਟਾਂਦਰਾ ਹੋਏ। ਸੋ ਅੰਤ ਵਿੱਚ ਮੇਰਾ ਜੀ ਕਰਦਾ ਵੀ ਨਾ ਇੱਕ ਵਾਰੀ ਫੇਰ
ਜਿਹੜਾ ਹੈਗਾ ਨਾ ਜਿਹੜਾ ਮੀਡੀਆ ਨਾ ਤੁਸੀਂ ਹੈਰਾਨ ਹੋਵੋਗੇ, ਅਸੀਂ ਇੱਥੇ 5-6 ਪ੍ਰੈਸ ਕਾਨਫਰੰਸ ਕੀਤੀਆਂ ਕਲਾ ਭਵਨ ਦੇ ਵਿੱਚ, ਔਰ ਜਿਸ ਢੰਗ ਨਾਲ ਉਹਨਾਂ ਨੇ ਇੰਟਰਸਟ ਲਿਆ ਹਰੇਕ ਪੇਪਰ ਨੇ, ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ, ਔਰ ਚੈਨਲ ਸਾਰੇ 25-25, 30-30, 40-40 ਬੰਦੇ ਇਕੱਠੇ ਹੋ ਜਾਂਦੇ ਸੀ, ਔਰ ਸਾਡਾ ਹੌਸਲਾ ਵੈਸੇ ਉਹਨਾਂ ਨੇ ਬੁਲੰਦ ਕੀਤਾ ਵੀ ਜੇ ਅੱਜ ਦੇ ਜ਼ਮਾਨੇ ਵਿੱਚ ਜੇ ਤੁਹਾਡਾ ਮੀਡੀਆ ਤੁਹਾਡਾ ਸਾਥ ਦਿੰਦਾ ਤੁਸੀਂ ਕੰਮ ਵੀ ਵਧੀਆ ਕਰੋ, ਉਹਨੂੰ 4 ਚੰਨ ਲਾ ਦਿੰਦੇ ਨੇ। ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਨਾਮਧਾਰੀ ਦਰਬਾਰ ਦਾ ਮੈਂ ਇੱਕ ਵਾਰੀ ਫੇਰ ਕਰਦਾ, ਦੇਖੋ ਨਾ ਕਿਸ ਤਰ੍ਹਾਂ ਜੇ ਥੋੜ੍ਹਾ ਝਾਤੀ ਮਾਰੀਏ ਜਾਂ ਸਾਰੇ ਭਰੇ ਪਏ ਨੇ ਉੱਪਰ, ਇਹ ਕਾਲਜਾਂ ਦੇ ਬੰਦੇ ਆਏ ਨੇ ਜਾਂ ਯੂਨੀਵਰਸਿਟੀ ਦੇ ਸਟੂਡੈਂਟ ਨੇ, ਇਹ ਆ ਕੇ ਜਿਹੜਾ ਚਿੱਟਾ ਰੰਗ ਵਿੱਚ ਭਰ ਦਿੰਦੇ ਨਾ, ਇਹਦੇ ਨਾਲ ਹੋਰ ਰੌਸ਼ਨੀ ਹੋ ਜਾਂਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਾਕੀ ਨਾਂ ਅਸੀਂ ਤੁਹਾਡੇ ਛਾਪਾਂਗੇ ਸਾਰਿਆਂ ਦੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ। ਤੁਹਾਡਾ ਵੀ ਧੰਨਵਾਦ।